ਹੁਣ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਆਪ ਜੀ ਦੇ ਨਾਲ ਚੰਦ ਮਿੰਟਾਂ ਲਈ ਵਿਚਾਰ ਸਾਂਝੇ ਕਰਨਗੇ। ਮਾਨਯੋਗ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ। ਸਤਿਕਾਰ ਸਨਮਾਨਯੋਗ ਗੁਰੂ ਖਾਲਸਾ ਜੀ, ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੋ ਚਾਰ ਬੇਨਤੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ। ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬ, ਬੜੇ ਬੜੇ ਵਿਦਵਾਨ ਅਤੇ ਮਹਾਤਮਾ ਅਤੇ ਮਹਾਂਪੁਰਸ਼ ਅਤੇ ਨਿਹੰਗ ਸਿੰਘ ਜਥੇਦਾਰ ਦੇ ਮੁਖੀ ਸਭ ਇੱਥੇ ਬਰਾਜੇ ਹੋਏ ਹਨ ਅਤੇ ਸੈਮੀਨਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਦਸਮ ਗ੍ਰੰਥ ਦੇ ਸੰਬੰਧ ਵਿੱਚ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਸਾਰੇ ਬੈਠੇ ਹੋ ਅਤੇ ਮੈਂ ਇਸ ਕਰਕੇ ਕੁਝ ਵਿਚਾਰ ਪ੍ਰਾਚੀਨ ਆਪ ਜੀ ਨਾਲ ਸਾਂਝੇ ਕਰਨੇ ਆ। ਇੱਕ ਵਾਰ ਸਾਰੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਮ ਗ੍ਰੰਥ ਨੂੰ ਰੱਦ ਕਰਨ ਵਾਸਤੇ ਸਿੱਖ ਫੁਲਵਾੜੀ ਦੇ ਮੁਖੀ ਨੇ ਬਿਆਨ ਦਿੱਤਾ ਸੀ ਅਖਬਾਰ ਵਿੱਚ। ਉੱਥੇ ਲੁਧਿਆਣੇ ਦੇ ਰਹਿਣ ਵਾਲਾ ਸੀ ਅਤੇ ਮੈਂ ਉਹਦੇ ਉਲਟ ਕੁਝ ਬਚਨ ਬਲਾਸ ਸਟੇਜ ਦੇ ਉੱਤੇ ਕੀਤੇ, ਉਹ ਕੁਦਰਤੀ ਉੱਥੇ ਬੈਠਾ ਹੋਇਆ ਸੀ ਅਤੇ ਫਿਰ ਉੱਠ ਕੇ ਚਲਾ ਗਿਆ। ਮੈਂ ਸੈਮੀਨਾਰ ਦੇ ਪ੍ਰਥਾਏ ਆਪ ਨਾਲ ਬੇਨਤੀ ਕਰਨੀ ਵੀ ਇਹ ਕਿਉਂ ਕਰਨਾ ਪਿਆ ਅਤੇ ਕੀ ਕਰਨਾ ਚਾਹੀਦਾ ਆਪਾਂ ਨੂੰ ਕਿ ਨਹੀਂ ਕਰਨਾ ਚਾਹੀਦਾ। ਸੈਮੀਨਾਰ ਇਹ ਹੁਣ ਦਾ ਲਭਕ ਹੈ, ਪ੍ਰਾਚੀਨ ਸਮੇਂ ਵਿੱਚ ਵਿਦਵਾਨਾਂ ਦੀ ਸਭਾ, ਵਿਦਵਾਨਾਂ ਦਾ ਸੰਗਠਨ, ਵਿਦਵਾਨਾਂ ਦੀ ਇਕੱਤਰਤਾ, ਇਹੋ ਜਿਹੇ ਨਾਮ ਸਨ। ਹੁਣੇ ਵੇਦ ਦੇ ਪ੍ਰਥਾਏ ਪ੍ਰਭੂਪਤ ਸਾਹਿਬ ਬੋਲ ਰਹੇ ਸਨ ਅਤੇ ਮੈਂ ਵੀ ਕੁਝ ਉਹਦੇ ਪਦ ਪੜ੍ਹੇ ਹਨ। ਇਹ ਥੇਤਰੀਆ ਚਿੱਤਰ ਦੀ ਗੱਲ ਕਰ ਰਿਹਾ, ਜੇ ਉਹ ਪੜ੍ਹ ਕੇ ਕਿਸੇ ਸੰਗਤ ਵਿੱਚ ਕੋਈ ਅਰਥ ਕਰ ਦੇਵੇ ਤਾਂ ਮੈਂ ਕਹਿ ਦਿੰਦਾ ਵੀ ਬਹੁਤ ਵੱਡੀ ਗੱਲ ਹੈ ਜੋ ਵੇਦਾਂ ਵਿੱਚ ਲਿਖਿਆ ਹੋਇਆ। ਪਰ ਅੱਜ ਤੱਕ ਕਿਸੇ ਵੇਦ 'ਤੇ ਸੈਮੀਨਾਰ ਹੋਇਆ? ਕੁਰਾਨ ਸ਼ਰੀਫ ਮੁਹੰਮਦ ਸਾਹਿਬ ਜੀ ਦੇ ਸਮੇਂ ਹੋਂਦ ਵਿੱਚ ਨਹੀਂ ਆਈ। ਇਹ ਵਿਦਵਾਨ ਬੈਠੇ ਹੈ ਪਰ ਇੱਕ ਇੱਕ ਪੰਨੇ ਨੂੰ ਹੁਣ ਤੱਕ ਮੁਸਲਮਾਨ ਮੰਨ ਰਿਹਾ ਅਤੇ ਇੱਕ ਵੀ ਸੈਮੀਨਾਰ ਨਹੀਂ ਹੋਇਆ ਵੀ ਇਹਦੇ ਵਿੱਚ ਕੁਝ ਐਤਾਂ ਜਿਹੜੀਆਂ ਸ਼ੈਤਾਨ ਦੀਆਂ ਲਿਖੀਆਂ ਹੈ, ਕੁਝ ਐਸੀਆਂ ਲਿਖੀਆਂ ਹੈ, ਇਹਨਾਂ ਦਾ ਵਿਰੋਧ ਕਰਨ ਵਾਸਤੇ ਕੋਈ ਮਨੁੱਖ ਨਹੀਂ ਉੱਠਿਆ। ਰਮਾਇਣ ਸ਼੍ਰੀ ਰਾਮ ਚੰਦਰ ਜੀ ਦੇ ਸਮੇਂ ਨਹੀਂ ਲਿਖੀ ਗਈ। ਪ੍ਰਾਚੀਨ ਇਤਿਹਾਸ ਅਨੁਸਾਰ ਸ਼੍ਰੀ ਰਾਮ ਚੰਦਰ ਜੀ ਦੇ ਆਉਣ ਤੋਂ ਪਹਿਲਾਂ ਵਾਲਮੀਕ ਮਹਾਤਮਾ ਦੀ ਲਿਖੀ ਹੋਈ ਰਮਾਇਣ ਦਾ ਜ਼ਿਕਰ ਮਿਲਦਾ ਹੈ, ਮਹਾਤਮਾ ਦਇਆ ਰਾਮ ਜੀ ਦੀ ਲਿਖੀ ਹੋਈ ਰਮਾਇਣ ਦਾ ਜ਼ਿਕਰ ਮਿਲਦਾ ਹੈ, ਮਹਾਤਮਾ ਤੁਲਸੀਦਾਸ ਜੀ ਦੀ ਲਿਖੀ ਹੋਈ ਰਮਾਇਣ ਦਾ ਜ਼ਿਕਰ ਮਿਲਦਾ ਹੈ।
ਰਚਨਾ ਨਾ ਸ਼੍ਰੀ ਰਾਮ ਚੰਦਰ ਜੀ ਦੇ ਸਮੇਂ ਹੋਈ ਹੈ, ਪਰ ਇੱਕ ਵੀ ਸੈਮੀਨਾਰ ਨਹੀਂ ਹੋਇਆ ਹੁਣ ਤੱਕ ਭਈ ਇਹ ਰਚਨਾ ਸ਼ੁੱਧ ਹੈ ਅਸ਼ੁੱਧ ਹੈ, ਇਹ ਸ਼੍ਰੀ ਰਾਮ ਚੰਦਰ ਜੀ ਦੇ ਸਮੇਂ ਦੀ ਲਿਖੀ ਨਹੀਂ, ਇਹਦੇ ਵਿੱਚ ਕੁਝ ਗਲਤ ਕਹਾਣੀਆਂ ਕਿਉਂ ਰੱਖੀ ਹੋਈ ਹੈ। ਗੀਤਾ ਦਾ ਆਰੰਭ ਹੋਇਆ ਰਣ ਭੂਮਿਕਾ ਵਿੱਚ, ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਸਮੇਂ ਗੀਤਾ ਨਹੀਂ ਲਿਖੀ ਗਈ। ਵਿਦਵਾਨ ਬੈਠੇ, ਮੈਂ ਵੀ ਪੜ੍ਹਿਆ, ਪਰ ਹੁਣ ਤੱਕ ਇੱਕ ਵਾਰ ਵੀ ਸੈਮੀਨਾਰ ਗੀਤਾ ਦੇ ਪ੍ਰਥਾਏ ਨਹੀਂ ਹੋਇਆ। ਸੈਮੀਨਾਰ ਹੋਇਆ ਰਾਜਿਆਂ ਦੇ ਸਮੇਂ, ਇਹ ਸੈਮੀਨਾਰ ਵਿਦਵਾਨ ਸੱਦਿਆ ਆਪ ਜੀ ਨੇ, ਕੁਛ ਕੋਟੀ ਦੇ ਜਿਹਨਾਂ ਤੋਂ ਵਿਚਾਰ ਸਰਵਣ ਕਰ ਰਹੇ ਹੋ, ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਉਸ ਵੇਲੇ। ਕੁਝ ਰਾਜਿਆਂ ਨੇ ਵਿਦਵਾਨਾਂ ਨੂੰ ਇਕੱਠੇ ਕੀਤਾ, ਇਹ ਪੰਥ ਵਿਕਾਸ ਦੀ ਰਚਨਾ ਦੇ ਵਿੱਚ ਲਿਖਿਆ, ਅਤੇ ਗਿਆਨੀ ਗਿਆਨ ਸਿੰਘ ਜੀ ਮਹਾਰਾਜਾ ਪਟਿਆਲਾ ਦੇ ਪਾਸ ਨੌਕਰ ਰਹੇ ਆ, ਇਹ ਪੰਥ ਵਿਕਾਸ ਦੀ ਰਚਨਾ ਉਹਨਾਂ ਨੇ ਕੀਤੀ ਹੈ। ਉਹ ਲਿਖਦੇ ਆ ਕਿ ਵਿਦਵਾਨ ਇਕੱਠੇ ਕੀਤੇ ਗਏ, ਉਹਨਾਂ ਕੋਲੋਂ ਦੋਵਾਂ ਪੱਖਾਂ ਦੇ ਉੱਤੇ ਵਿਚਾਰ ਲਿਆ ਗਿਆ ਵੀ ਅੰਗਰੇਜ਼ ਚੰਗੇ ਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਚੰਗੇ ਆ, ਕਿਹਦੇ ਨਾਲ ਮਿਲਣਾ ਚਾਹੀਦਾ। ਵਿਦਵਾਨਾਂ ਨੇ ਨਿਚੋੜ ਕੱਢਿਆ ਕਿ ਇਹ ਦੋਵੇਂ ਬਿਮਾਰੀਆਂ ਹੈ, ਜਿਹੜੇ ਅੰਗਰੇਜ਼ ਹੈ ਇਹ ਤਬਦਿਕ ਦੀ ਬਿਮਾਰੀ ਹੈ, ਅਤੇ ਤਬਦਿਕ ਦੀ ਬਿਮਾਰੀ ਲੱਗ ਜਾਏ ਤਾਂ ਉਹ ਸਹੀ ਜੇਸੇ ਜੇ ਕਮਜ਼ੋਰ ਹੁੰਦਾ ਹੁੰਦਾ ਮਨੁੱਖ ਮੌਤ ਨੂੰ ਪ੍ਰਾਪਤ ਹੁੰਦਾ। ਅਤੇ ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ, ਹੈ ਇਹਦੀ ਬਿਮਾਰੀ ਹੈ ਵੀ ਇਹ ਇਕਦਮ ਹੀ ਚੜ੍ਹਾਈ ਕਰ ਜਾਏਗਾ ਜਿਹਨੂੰ ਹੋ ਗਿਆ, ਵੀ ਜਿਹਦੇ ਰਾਜ 'ਤੇ ਕਬਜ਼ਾ ਕਰ ਲਿਆ ਦੇਣਾ ਹੀ ਕੁਝ ਨਹੀਂ, ਅਤੇ ਅੰਗਰੇਜ਼ਾਂ ਨੇ ਕੁਝ ਕੁਝ ਨਾ ਕੁਝ ਦੇ ਦੇਣਾ ਵੀ ਰੋਟੀ ਪਾਣੀ ਛੱਕਦੇ ਰਹੋ। ਉਹ ਸੈਮੀਨਾਰ ਨੇ ਆਪਾਂ ਨੂੰ ਕੀ, ਮੇਰੇ ਗੱਲ ਦਾ ਗੁੱਸਾ ਨਾ ਕਰ ਲੈਣਾ, ਮੈਂ ਇਸ ਕਰਕੇ ਇਹ ਗੱਲ ਕਹਿਣ ਲੱਗਾ ਸਾਨੂੰ ਨਹੀਂ ਕਰਨਾ ਚਾਹੀਦਾ ਸੈਮੀਨਾਰ। ਉਹਦਾ ਕਾਰਨ ਸਾਨੂੰ ਨਹੀਂ ਕਮੇਟੀ ਬਣਾਉਣੀ ਚਾਹੀਦੀ ਦਸਮ ਗ੍ਰੰਥ ਉੱਤੇ, ਜੇ ਅਸੀਂ ਕਮੇਟੀ ਬਣਾਤੀ ਉਹਦਾ ਸਾਰੰਸ ਗਲਤ ਨਿਕਲੇਗਾ, ਕੁਝ ਉਹਦੇ ਹੱਕ 'ਚ ਹੋਣਗੇ ਕੁਝ ਉਹਦੇ ਉਲਟ ਹੋਣਗੇ। ਜੇ ਅਸੀਂ ਕਮੇਟੀ ਬਣਾਵਾਂਗੇ ਸਾਡੀ ਸ਼ਰਧਾ ਵਿੱਚ ਫਰਕ ਪਏਗਾ ਕਿ ਅਸੀਂ ਦਸਮ ਗ੍ਰੰਥ ਨੂੰ ਸਤਿਗੁਰਾਂ ਦੀ ਰਚਨਾ ਨਹੀਂ ਮੰਨਦੇ ਤਾਂ ਕਰਕੇ ਕਮੇਟੀ ਬਣਾ ਰਹੇ। ਜਿਹੜੇ ਬੋਲਦੇ ਬੋਲਦੇ ਰਹਿਣ, ਜਿਸ ਤਰ੍ਹਾਂ ਆਪਾਂ ਉਹਨਾਂ ਦਾ ਉੱਤਰ ਦੇ ਸਕਦੇ ਹੋ ਦੇ ਸਕਦੇ ਹੋ ਉਸੇ ਤਰ੍ਹਾਂ ਦੇਣਾ ਕਰੀਏ। ਜੇ ਆਪਾਂ ਇਹਨਾਂ ਗੱਲਾਂ ਵਿੱਚ ਪੈ ਗਏ ਤਾਂ ਨੁਕਸਾਨ ਕਰਾ ਲਾਂਗੇ। ਗੁਰੂ ਕੇ ਪਿਆਰਿਓ, ਦਸਮ ਗ੍ਰੰਥ ਦੀ ਰਚਨਾ ਦੀਨ ਦੁਨੀਆਂ ਦੇ ਮਾਲਕ ਨੇ ਕੀਤੀ ਹੈ, ਅਤੇ ਇੱਕ ਮੈਂ ਇਸ ਕਰਕੇ ਉਹਨਾਂ ਨੂੰ ਸਿੱਖ ਨਹੀਂ ਕਹਿੰਦਾ ਵੀ ਉਹ ਸਿੱਖ ਤਾਂ ਹੈ ਨਹੀਂ, ਬੁਰਕਾ ਸਿੱਖਾਂ ਵਾਲਾ ਪਾਇਆ। ਸਾਡੇ ਨਾਲੋਂ ਵਸਤਰ ਸੋਹਣੇ ਹੋਣਗੇ, ਸਾਡੇ ਨਾਲੋਂ ਕਿਰਪਾਨਾਂ ਉਹਨਾਂ ਦੇ ਗੱਲ ਚੰਗੀਆਂ ਪਾਈਆਂ ਹੋਣਗੀਆਂ, ਬੜੀਆਂ ਲਿਸ਼ਕਮਣੀਆਂ। ਗੁਰੂ ਕੇ ਪਿਆਰਿਓ, ਜਿਹੜਾ ਸੱਚੇ ਪਾਤਸ਼ਾਹ ਜੀ ਦੇ ਉਲਟ ਕੁਝ ਲਿਖ ਰਿਹਾ ਉਹ ਸਿੱਖ ਕਿਵੇਂ? ਗੱਲ ਕਰਾਮਾਤ ਦੀ ਆਈ ਸੀ ਅਤੇ ਗੁਰਮੁਖਾਂ ਨੇ ਜ਼ਿਕਰ ਕੀਤਾ ਸੀ, ਮੈਂ 2 ਮਿੰਟ ਆਪ ਜੀ ਦੇ ਲੈ ਲਵਾਂ, ਆਪ ਜੀ ਨੂੰ ਪਤਾ ਲੱਗ ਜਾਏ ਕਿ ਕਰਾਮਾਤ ਗੁਰੂ ਘਰ ਵਿੱਚ ਹੈਗੀ ਕਿ ਨਹੀਂ ਹੈਗੀ, ਹੁਣ ਵੀ ਹੈਗੀ ਕਿ ਨਹੀਂ। ਗੁਰੂ ਦੀ ਗੱਲ ਵੱਖਰੀ ਆ, ਗੁਰੂ ਕੇ ਸਰੋਵਰਾਂ ਵਿੱਚ ਸਮਰੱਥਾ ਹੈ। ਮੈਂ ਹਜ਼ਾਰਾਂ ਦੀ ਗਿਣਤੀ ਖਰਾ ਸਕਦਾ, ਸੌਵਾਂ ਦੀ ਨਹੀਂ। ਕਿੰਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਹੀ ਲੋਕ ਤੰਦਰੁਸਤ ਹੋ ਕੇ ਚਲੇ ਗਏ।
ਕਰਨਾਲ ਦਾ ਇੱਕ ਸਿੰਘ ਜੀ ਦੀਆਂ ਅੱਖਾਂ ਸੱਚੇ ਪਾਤਸ਼ਾਹ ਜੀ ਨੇ 11 ਦਿਨਾਂ ਵਿੱਚ ਠੀਕ ਕੀਤੀਆਂ। ਸਾਰੇ ਡਾਕਟਰਾਂ ਵੱਲੋਂ ਜਵਾਬ ਹੋ ਚੁੱਕਾ ਸੀ। ਡਾਕਟਰ ਦਲਜੀਤ ਸਿੰਘ ਜੀ ਜੋ ਮੁਖੀ ਡਾਕਟਰਾਂ ਵਿੱਚ ਇਸ ਵੇਲੇ, ਉਹਨੇ 5 ਡਾਕਟਰਾਂ ਦੀ ਟੀਮ ਨਾਲ ਲੈ ਕੇ ਉਹਦਾ ਮੁਆਇਨਾ ਕੀਤਾ ਅੱਖਾਂ ਦਾ, ਅਤੇ ਕਹਿਣ ਲੱਗੇ ਜ਼ਿੰਦਗੀ ਭਰ ਤੇਰੇ ਨੇਤਰਾਂ ਵਿੱਚ ਦੁਬਾਰਾ ਨਿਗਾਹ ਨਹੀਂ ਆ ਸਕਦੀ। ਹਰਿਮੰਦਰ ਸਾਹਿਬ ਆ ਗਿਆ, ਸੱਚੇ ਪਾਤਸ਼ਾਹ ਜੀ ਦੇ ਚਰਨਾ ਕਮਲਾਂ ਵਿੱਚ ਬੇਨਤੀ ਸਤਿਗੁਰਾਂ ਨੇ ਕਰਵਾਈ, ਅਤੇ ਉਹਨੂੰ ਕਿਹਾ ਵੀ ਤੂੰ 45 ਦਿਨ ਦੁੱਖ ਭੰਜਣੀ ਬੇਰੀ ਥੱਲੇ ਸਣ ਕੇ ਸੀਟ ਭਾ ਲਾਇਆ ਕਰ। ਉਹ ਲਾਉਣ ਲੱਗ ਪਿਆ। 11 ਦਿਨ ਹੋਏ ਸਨ ਲਾਉਂਦਿਆਂ ਨੂੰ। 6ਵੇਂ ਪਾਤਸ਼ਾਹ ਸਤਿਗੁਰਾਂ ਦਾ ਗੁਰਤਾ ਗੱਦੀ ਦਾ ਪੁਰਬ ਸੀ 11ਵੇਂ ਦਿਨ। ਉਹ ਜਿਹੜਾ ਥੜਾ ਸਾਹਿਬ ਪਰਮ ਪਵਿੱਤਰ ਸਥਾਨ, ਉੱਥੇ ਉਹ ਬਿਰਾਜਮਾਨ ਸੀ, ਬੈਠਾ ਹੋਇਆ ਇਸ ਚੌਂਕੜਾ ਮਾਰ ਕੇ। ਜਦੋਂ ਅਸਤਬਾਜੀ ਚੱਲੀ ਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦਾਂ, ਅਤੇ ਗੁਰੂ ਨੇ ਕਿਰਪਾ ਕੀਤੀ, ਯਕਦਮ ਨੇਤਰ ਖੁੱਲ ਗਏ। ਰੰਚਕ ਮਾਤਰ ਵੀ ਰੋਗ ਨਹੀਂ, ਹੁਣ ਤੱਕ ਬੀ ਏ ਪੜ੍ਹਿਆ ਹੋਇਆ ਬੱਚਾ, ਉਹ ਕਨਾਲ ਦੇ ਰਹਿਣ ਵਾਲਾ, ਉਹਦੀ ਦਸ਼ਾ ਨੂੰ ਤੱਕ ਕੇ ਉੱਥੋਂ ਦਾ ਇੱਕ ਪਰਿਵਾਰ ਸੀ, ਉਹਨਾਂ ਦੇ ਬੱਚੇ ਦੇ ਹੱਥ ਅਤੇ ਪੈਰ ਪਛਾਣ ਮੁੜੇ ਹੋਏ ਸਨ। ਉਹ ਲੰਮਾ ਪੈ ਸਕਦਾ ਸੀ, ਬੈਠ ਨਹੀਂ ਸਕਦਾ ਸੀ। ਮਾਤਾ ਪਿਤਾ ਮਗਲੇ ਬੰਨੇ ਢਾਸ ਨਾ ਦੇ ਕੇ ਅਤੇ ਆਪਣੇ ਹੱਥ ਨਾਲ ਬੁਰਕੀਆਂ ਉਹਦੇ ਮੂੰਹ 'ਚ ਪਾਉਂਦੇ ਸਨ ਪ੍ਰਸ਼ਾਦੇ ਦੀਆਂ। ਉਹਨਾਂ ਵਿਚਾਰਿਆ ਜੀ ਇਹਦੀਆਂ ਅੱਖਾਂ ਠੀਕ ਹੋ ਸਕਦੀਆਂ, ਸਾਡਾ ਪੁੱਤਰ ਵੀ ਖੌਰਿਆ ਤੁਰ ਪਏ। ਉਹ ਚੁੱਕ ਕੇ ਅਤੇ ਹਰਿਮੰਦਰ ਸਾਹਿਬ ਲਾ ਕੇ ਆ ਗਏ। ਮੈਂ ਕੋਈ ਕਹਾਣੀ ਨਹੀਂ ਕਹਿ ਰਿਹਾ, ਕਰਨਾਲ ਚਲੇ ਜਾਓ, ਬੱਚਾ ਸਕੂਲ ਵਿੱਚ ਪੜ੍ਹਦਾ। ਉਹ ਭਾਈ ਸੁਰਜੀਤ ਸਿੰਘ ਉੱਥੇ ਆ, ਉਹ ਲੈ ਚੁੱਕ ਕੇ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਕਰਵਾ ਲਈ। ਉਹਨਾਂ ਨੂੰ ਵੀ ਆਖਿਆ ਵੀ 45 ਦਿਨ ਇਸ਼ਨਾਨ ਕਰੋ, ਨਾ ਉੱਥੇ ਕੋਈ ਟੀਕਾ ਲਾਉਣ ਵਾਲਾ ਹੈ, ਨਾ ਉੱਥੇ ਕੋਈ ਗਰਮ ਤੇਲ ਲੈ ਕੇ ਬੈਠਾ ਵੀ ਜਿਹੜਾ ਕੋਈ ਮਾਲਸ਼ ਕਰਦਾ ਪਿਆ ਵੀ ਲੱਤਾਂ ਬਾਹਰ ਸਿੱਧੇ ਹੋ ਗਏ, ਨਹੀਂ ਇਸ਼ਨਾਨ ਹੀ ਕੀਤਾ। ਅਤੇ ਕੱਪੜਾ ਫੇਰ ਕੇ ਮਾਤਾ ਪਿਤਾ ਉਹਦੇ ਅੰਗਾਂ 'ਤੇ ਫੇਰਦੇ ਰਹੇ ਸੇਵਾ ਕਰਕੇ। ਗੁਰੂ ਕੇ ਪਿਆਰਿਓ, 45 ਦਿਨਾਂ ਬਾਅਦ ਜਿਹਨੂੰ ਚੁੱਕ ਕੇ ਲਿਆਂਦਾ, ਉਹ ਆਪਣੇ ਹੱਥਾਂ 'ਤੇ ਕੜਾਹ ਪ੍ਰਸ਼ਾਦ ਦਾ ਥਾਲ ਲੈ ਕੇ ਅਤੇ ਤੁਰ ਕੇ ਪਰਿਕਰਮਾ ਕਰਕੇ ਮੱਥਾ ਟੇਕਣ ਹਰਿਮੰਦਰ ਸਾਹਿਬ ਗਿਆ। ਇੱਕ ਦੋ ਦੀ ਗਿਣਤੀ ਨਹੀਂ, ਪਤਾ ਨਹੀਂ ਗੁਰੂ ਮਹਾਰਾਜ ਨੇ ਕਿੰਨੀ ਕੁ ਕਲਾ ਵਰਤਾਈ। ਅਤੇ ਇਹ ਜਿਹੜੇ ਉੱਲੂ ਵਰਗ ਦੇ ਲੋਕ ਹੈ, ਕਿਉਂਕਿ ਉੱਲੂ ਵਰਗ ਦੇ ਮੈਂ ਇਸ ਕਰਕੇ ਕਹਿੰਦਾ, ਹੁਣ ਤੱਕ ਉੱਲੂ ਮੰਨਿਆ ਹੀ ਨਹੀਂ ਵੀ ਸੂਰਜ ਚੜ੍ਹਦਾ। ਸੂਰਜ ਤਾਂ ਹੈਗਾ, ਉਹ ਨਹੀਂ ਮੰਨਿਆ ਹੁੰਦਾ, ਸੂਰਜ ਨਾਂ ਦੀ ਚੀਜ਼ ਹੀ ਕੋਈ ਨਹੀਂ ਹੈਗੀ। ਇਹ ਕਹਿੰਦੇ ਉੱਥੋਂ ਚੁਲਾ ਲਿਆ ਕੀ ਮਿਲਣਾ, ਉੱਥੋਂ ਇਸ਼ਨਾਨ ਕੀਤਿਆਂ ਕੀ ਲੱਭਣਾ। ਅਤੇ ਗੁਰੂ ਰਾਮਦਾਸ ਜੀ ਇਹਨਾਂ ਦੇ ਮੂੰਹ ਬੰਦ ਕਰ ਰਹੇ ਵੀ ਇੱਥੋਂ ਆਹ ਕੁਝ ਮਿਲ ਸਕਦਾ ਜੀ। ਗੁਰੂ ਕੇ ਪਿਆਰਿਓ, ਮੈਂ ਇਸ ਵਿਸ਼ੇ ਵੱਲ ਚਲਾ ਗਿਆ, ਕਿਉਂ ਕਿ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਸੀ ਵੀ ਗੁਰੂ ਘਰ ਵਿੱਚ ਸਮਰੱਥਾ ਹੈ, ਇਹ ਗੁਰੂ ਘਰ ਸ਼ਕਤੀ ਦਾ ਘਰ ਹੈ, ਸਭ ਤੋਂ ਵੱਡ ਸਮਰੱਥ ਗੁਰਦੇਵ, ਸਾਰਿਆਂ ਤੋਂ ਵੱਡੇ ਅਤੇ ਮਹਾਨ ਸਮਰੱਥਾ ਦੇ ਘਰ ਹਨ। ਸਿੰਘ ਮੇਰੇ ਮਗਰ ਆਣ ਕੇ ਖਲੋ ਗਿਆ, ਮੈਂ ਇਸ ਕਰਕੇ ਬੇਨਤੀ ਕੀਤੀ ਸੀ ਗੁਰੂ ਕੇ ਪਿਆਰਿਓ। ਉਹ ਸੈਮੀਨਾਰ ਨੇ ਕੀ ਦਿੱਤਾ ਸਿੱਖ ਕੌਮ ਨੂੰ, ਸਾਰੇ ਰਜਵਾੜੇ ਖਤਮ ਹੋ ਗਏ, ਕਿਉਂਕਿ ਉਹਨਾਂ ਫੈਸਲਾ ਕਰ ਦਿੱਤਾ ਵਿਦਵਾਨਾਂ ਨੇ ਭਈ ਜਿਹੜਾ ਮਹਾਰਾਜਾ ਰਣਜੀਤ ਸਿੰਘ ਅਤੇ ਹਈਏ ਦੀ ਬਿਮਾਰੀ ਹੈ, ਅਤੇ ਅੰਗਰੇਜ਼ ਤਮਦਿਕ ਦੀ ਬਿਮਾਰੀ ਆ, ਜਿਹੜਾ ਸਹਿਜੇ ਸਹਿਜੇ ਮਨੁੱਖ ਮਰਦਾ, ਉਹ ਜੇ ਰਾਜ ਖੋਹ ਲੈਣਗੇ ਅਤੇ ਕੁਝ ਨਾ ਕੁਝ ਦੇ ਦੇਣਗੇ, ਅਤੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ ਤਾਂ ਇਹਨੇ ਦੇਣਾ ਕੁਝ ਨਹੀਂ, ਅੰਦਰ ਦੇ ਦੇਗਾ।
ਉਹਨਾਂ ਆਖਿਆ ਅੰਗਰੇਜ਼ਾਂ ਨਾਲ ਰਲੋ, ਦਿੱਲੀਓਂ ਜਾ ਕੇ ਬਿਨਾਂ ਲੜਾਈ ਲਿਆਣ ਕੇ ਅੰਗਰੇਜ਼ ਇਸ ਸ਼ਹਿਰ ਵਿੱਚ ਵਾਲਦੇ ਸਨ। ਗੁਰੂ ਕੇ ਪਿਆਰਿਓ, ਇਸ ਕਰਕੇ ਮੈਂ ਬੇਨਤੀ ਕਰ ਰਿਹਾ, ਆਪਾਂ ਦਸਮ ਗ੍ਰੰਥ ਨੂੰ ਮੰਨਣ ਵਾਲੇ, ਅਸੀਂ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ, ਆਪਾਂ ਇਹੋ ਜਿਹੇ ਸੈਮੀਨਾਰ ਕਰਾਵਾਂਗੇ, ਸ਼ੰਕਾ ਪੈਦਾ ਕਰੇਗਾ, ਲੋੜ ਹੀ ਨਹੀਂ। ਹੁਣ ਤੱਕ ਉੱਲੂ ਨਹੀਂ ਸੂਰਜ ਨੂੰ ਮੰਨੇ ਕਿ ਸੂਰਜ ਚੜ੍ਹਨ ਵੜ ਗਿਆ, ਅਤੇ ਉੱਲੂ ਵਰਗ ਦੇ ਲੋਕ ਨਾ ਦਸਮ ਗ੍ਰੰਥ ਨੂੰ ਮੰਨਣਗੇ ਅਤੇ ਦਸਮ ਗ੍ਰੰਥ ਜਿਹੜਾ ਪੜ੍ਹਨ ਵੜ ਚਲੇ ਲੋਕ ਨਹੀਂ, ਉਹਦੀ ਬਾਣੀ ਪੜ੍ਹੀ ਜਾਏਗੀ। ਇਸ ਕਰਕੇ ਗੁਰੂ ਕੇ ਪਿਆਰਿਓ, ਇਹਦੇ ਨਾਲ ਸ਼ੰਕੇ ਪੈਦਾ ਹੋਣਗੇ। ਜੇ ਆਪਾਂ ਜਿਵੇਂ ਕਮੇਟੀ ਬਣਾਉਣ ਵਾਸਤੇ ਕੁਝ ਵਿਚਾਰ ਗੁਰਮੁਖਾਂ ਨੇ ਕੀਤਾ ਸੀ, ਮੈਂ ਉਸ ਵੇਲੇ ਵਿਰੋਧ ਕੀਤਾ ਸੀ ਵੀ ਦਸਮ ਗ੍ਰੰਥ 'ਤੇ ਕਮੇਟੀ ਨਹੀਂ ਬਣਨੀ ਚਾਹੀਦੀ। ਅੱਗੇ ਕਮੇਟੀ ਬਣੀ ਅਤੇ ਬੇੜਾ ਗਰਕ ਹੋਇਆ ਨਾ, ਚਾਰ ਚਾਰ ਗੁਰਪੁਰਬ ਇੱਕੇ ਦਿਨ। ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਮਿਲਦੀ ਤਾਂ ਉਦੋਂ ਹੀ ਸੁਰਗਵਾਸ ਜੋਤੀ ਜੋਤ ਸਮਾ ਜਾਂਦੇ ਆ, ਉਦੋਂ ਹੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਜਾਂਦੇ ਆ, ਉਦੋਂ ਹੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਜਾਂਦੀ ਆ। ਉਹ 7 ਸਾਲ ਗੁਰਤਾ ਗੱਦੀ 'ਤੇ ਸੇਵਾ ਕੀਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਅਤੇ ਕੀ ਮਿਲਿਆ ਸਾਨੂੰ ਇਹਨਾਂ ਕਮੇਟੀਆਂ ਵਿੱਚੋਂ? ਸੰਗਰਾਂਦ 'ਚ ਅਜੇ 2 ਦਿਨ ਰਹਿੰਦੇ ਇੰਨੇ ਬੁੱਧੂ ਹੋ ਗਏ ਅਸੀਂ ਵੀ ਅਜੇ 2 ਦਿਨ ਰਹਿੰਦੇ ਤਾਂ ਸੰਗਰਾਂਦ ਪਹਿਲਾਂ ਪੜੀ ਜਾਂਦੀ ਹੈ। ਉਹ ਕੋਈ ਸਿਆਣਾ ਮਨੁੱਖ ਪੁੱਛੇ ਵੀ ਅਜੇ ਤਾਂ 2 ਦਿਨ ਰਹਿੰਦੇ, ਮਹੀਨਾ ਪੂਰਾ ਨਹੀਂ ਹੋਇਆ, ਅਤੇ ਜਾਂ 2 ਦਿਨ ਬਾਅਦਾਂ ਪੜ੍ਹ ਦਿਆਂਗੇ, ਕੀ ਗੱਲ ਬਣ ਗਈ ਹੈ? ਇਹੋ ਜਿਹੇ ਵਿਚਾਰ ਜੇ ਆਪਾਂ ਕੀਤੇ ਗੁਰਮੁਖੋ, ਆਪਾਂ ਇੱਧਰੋਂ ਹੱਥ ਧੋ ਪਵਾਂਗੇ, ਅੱਜ ਤੋਂ ਲੈ ਕੇ ਮੁੜ ਕੇ ਸੈਮੀਨਾਰ ਦਸਮ ਗ੍ਰੰਥ 'ਤੇ ਨਹੀਂ ਕਰਨਾ। ਵਿਚਾਰ ਕਰੋ, ਬਹਿ ਕੇ ਇਹਨਾਂ ਵਿਦਵਾਨਾਂ ਨੂੰ ਸਾਧੋ, ਆਪਣੇ ਕੋਲ ਬਹਾਲੋ, ਇਹਨਾਂ ਦੇ ਵਿਚਾਰ ਲਓ। ਜਦੋਂ ਇੱਦਾਂ ਆਪਾਂ ਰੌਲਾ ਗੌਲਾ ਪਾਵਾਂਗੇ ਤਾਂ ਨੁਕਸਾਨ ਹੋਵੇਗਾ। ਲੋਕ ਆਖਣਗੇ ਹਾਂ ਹੋਣਾ ਹੀ ਹੈ ਜੀ, ਫਰਕ ਜਿਹੜੇ ਇਕੱਠੇ ਹੋ ਕੇ ਰੌਲਾ ਪਾ ਰਹੇ ਆ, ਖੌਰਿਆ ਦਸਮ ਗ੍ਰੰਥ ਦਰਸ਼ਨਾ ਹੈਗੀ ਸਤਿਗੁਰੂ ਦੀ ਕਿ ਨਹੀਂ? ਸਾਨੂੰ ਇਹੋ ਜਿਹੀ ਗੱਲ ਦਾ ਨਾਂ ਨਹੀਂ ਲੈਣਾ ਚਾਹੀਦਾ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਾਨਯੋਗ ਸਿੰਘ ਸਾਹਿਬ, ਗਿਆਨੀ ਪੂਰਨ ਸਿੰਘ ਜੀ ਦਾ।